a South Asian Canadian channel. ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਪੰਜਾਬ ਕਾਂਗਰਸ ਦਾ ਕਾਫਲਾ ਲਖੀਮਪੁਰ ਖੀਰੇ ਲਈ ਰਵਾਨਾ ਹੋ ਚੁੱਕਿਆ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਵਜੋਤ ਸਿੱਧੂ ਦੇ ਕਾਫਲੇ 'ਚ ਸ਼ਾਮਿਲ ਹੋਏ ਨੇ। ਉਹਨਾਂ ਦੇ ਨਾਲ ਵੱਡੀ ਗਿਣਤੀ 'ਚ ਕੈਬਨਿਟ ਮੰਤਰੀ ਤੇ ਵਿਧਾਇਕ ਮੌਜੂਦ ਰਹੇ। ਹਾਲਾਂਕਿ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਕਿ ਮੁੱਖ ਮੰਤਰੀ ਚੰਨੀ ਕਾਫਲੇ ਨਾਲ ਕਿੱਥੇ ਤੱਕ ਜਾਣਗੇ। ਨਵਜੋਤ ਸਿੱਧੂ ਦੀ ਅਗਵਾਈ 'ਚ ਹਜ਼ਾਰਾਂ ਵਰਕਰਾਂ, ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਪੰਜਾਬ ਕਾਂਗਰਸ ਦਾ ਮਾਰਚ ਲਖੀਮਪੁਰ ਵੱਲ ਵੱਧ ਰਿਹਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ਤੇ ਭਲਕੇ ਤੋਂ ਭੁੱਖ ਹੜਤਾਲ ਤੇ ਬੈਠਣ ਦਾ ਵੀ ਐਲਾਨ ਕੀਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਕਾਤਲ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਨੇ, ਦੂਜੇ ਪਾਸੇ ਪੀੜਤਾਂ ਦੇ ਜ਼ਖਮਾਂ 'ਤੇ ਮੱਲਮ ਲਾਉਣ ਲਈ ਉਹਨਾਂ ਦਾ ਦੁੱਖ ਦਰਦ ਵੰਡਾਉਣ ਲਈ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਨਾਜਾਇਜ਼ ਤੌਰ 'ਤੇ ਹਿਰਾਸਤ ਵਿੱਚ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਜੰਗਲ ਰਾਜ ਹੈ ਅਤੇ ਉਹ ਇਸ ਦੇ ਖਿਲਾਫ਼ ਡਟ ਕੇ ਲੜਨਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਜਿੱਥੇ ਤੱਕ ਜਾਣਾ ਪਿਆ ਉਹ ਜਾਣਗੇ। ਨਵਜੋਤ ਸਿੰਘ ਸਿੱਧੂ ਨੇ ਲਖੀਮਪੁਰ ਘਟਨਾ ਦੌਰਾਨ ਕਤਲ ਹੋਏ ਕਿਸਾਨਾਂ ਦੇ ਹੱਕ 'ਚ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਸ਼ੁੱਕਰਵਾਰ ਤੱਕ ਲਖੀਮਪੁਰ ਘਟਨਾ ਦੇ ਦੋਸ਼ੀ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਉਹ ਜਾਂਚ ਵਿੱਚ ਸ਼ਾਮਿਲ ਨਹੀਂ ਹੋਏ ਤਾਂ ਭਲਕੇ ਯਾਨੀ ਸ਼ੁੱਕਰਵਾਰ ਤੋਂ ਭੁੱਖ ਹੜਤਾਲ 'ਤੇ ਬੈਠ ਜਾਣਗੇ। ਇਸ ਤੋਂ ਪਹਿਲਾਂ ਪਟਿਆਲਾ ਤੋਂ ਮੋਹਾਲੀ ਦੇ ਰਸਤੇ 'ਤੇ ਕਿਸਾਨਾਂ ਨੇ ਸਿੱਧੂ ਦਾ ਵਿਰੋਧ ਕੀਤਾ। ਪਟਿਆਲਾ ਰਾਜਪੁਰਾ ਰੋਡ 'ਤੇ ਤ੍ਰਿੜੀ ਜੱਟਾਂ ਟੋਲ ਪਲਾਜ਼ਾ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ। ਇਸ ਦੌਰਾਨ ਸਿੱਧੂ ਨੂੰ ਜ਼ਬਰਦਸਤੀ ਨਹੀਂ ਰੋਕਿਆ ਗਿਆ ਪਰ ਉਹਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਨਾਅਰੇਬਾਜ਼ੀ ਦੌਰਾਨ ਸਿੱਧੂ ਇਸ ਟੋਲ ਪਲਾਜ਼ਾ ਤੋਂ ਅੱਗੇ ਚਲੇ ਗਏ। ਕਾਫ਼ਿਲੇ ਲਈ ਸਭ ਤੋਂ ਵੱਡੀ ਚੁਣੌਤੀ ਉੱਤਰ ਪ੍ਰਦੇਸ਼ ਦੀ ਸਰਹੱਦ ਵਿੱਚ ਦਾਖਲ ਹੋਣਾ ਹੈ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਪੰਜਾਬ ਤੋਂ ਲਖੀਮਪੁਰ ਖੇਰੀ ਜਾਣ ਵਾਲੇ ਲੋਕਾਂ ਦੇ ਵਿਰੁੱਧ ਸਾਵਧਾਨੀ ਜਾਰੀ ਕੀਤੀ ਸੀ। ਅਜਿਹੀ ਸਥਿਤੀ ਵਿੱਚ ਸੰਭਾਵਨਾ ਹੈ ਕਿ ਸਿੱਧੂ ਦੇ ਕਾਫਲੇ ਨੂੰ ਉੱਤਰ ਪ੍ਰਦੇਸ਼ ਵਿੱਚ ਰੋਕਿਆ ਜਾ ਸਕਦਾ ਹੈ। ਜਦ ਮੁਨਸਿਫ ਕਾਤਿਲ ਹੋ ਜਾਏ ਤਾਂ ਵਿਰੋਧ ਜ਼ਰੂਰੀ ਹੈ। ਜਦ ਨਿਆਂ ਕੀ ਪੁਕਾਰ ਆਸਮਾਨ ਤੱਕ ਲੱਗ ਜਾਏ, ਚੁੱਪ ਕਰੋ, ਔਰ ਗੂੰਗੇ ਬਹਿਰੇ ਕਾਨੋਂ ਤੱਕ ਜੂ ਤੱਕ ਮਾਰੇਂਗੇ ਤਾਂ ਵਿਰੋਧ ਜ਼ਰੂਰੀ ਹੈ। ਜਬ ਅਸਹਾਇ ਲੋਕੋ ਕੀ ਆਵਾਜ਼ ਕੋ ਦਬਾਨੇ ਕੀ ਕੋਸ਼ਿਸ਼ ਕੀ ਜਾਏ, ਇਟ ਇਜ਼ ਇੰਪੋਰਟੈਂਟ ਟੂ ਬੀ ਦ ਵੌਇਸ ਆਫ ਦ ਵੌਇਸਲੈਸ। ਵੈਨ ਯੂ ਹੈਂਗ ਦ ਸਵਾਂਕਸ ਐਂਡ ਅਕਵਿਟ ਦ ਵਲਚਰਸ, ਜਬ ਜ਼ੁਲਮ ਔਰ ਅਤਿਆਚਾਰ ਪਰਿਕਾਸ਼ਠਾ ਪੇ ਚਲਾ ਜਾਏ ਤੋ ਕੋਈ ਆਵਾਜ਼ ਜ਼ਰੂਰ ਉੱਠਣੀ ਚਾਹੀਏ। ਮੈਂ ਪੰਜਾਬ ਕਾਂਗਰਸ ਕੀ ਤਰਫ ਸੇ ਮੇਰੇ MLA ਭਾਈ ਜਿਤਨੇ ਵੀ ਹੈ ਯਹਾਂ ਪਾਰਟੀਓਂ ਸੇ ਉੱਪਰ ਉੱਠ ਕੇ ਕਿਸਾਨ ਭਾਈਓਂ ਕੇ ਪੀਛੇ ਖੜੇ ਔਰ ਯੇ ਮਾਂਗ ਕਰਤੇ ਹੈਂ ਕਿ ਜ਼ੁਲਮ ਓ ਸਿਤਮ ਕਰਨੇ ਵਾਲਾ, ਮੈਂ ਸੁਣਤਾ ਥਾ ਕਿ ਪੀਠ ਮੇ ਛੁਰੇ ਫੂੰਕੇ ਜਾਤੇ ਹੈਂ, ਲੇਕਿਨ ਪੀਠ ਮੇ ਗਾੜੀਆਂ ਚਲਾਤੇ ਹੋਏ ਰਖਵਾਲੋਂ ਕੋ ਪਹਿਲੀ ਬਾਰ ਦੇਖਾ ਹੈ। FIR ਮੇ ਨਾਮ ਹੈ, ਫਿਰ ਇਨਵੈਸਟੀਗੇਸ਼ਨ ਅਬ ਤੱਕ ਕਿਉਂ ਜੁਆਇਨ ਨਹੀਂ ਕੀ, ਅਰੈਸ ਕਿਉਂ ਨਹੀਂ ਹੋਈ, ਕਿਆ ਯੂਨੀਅਨ ਮਿਨਿਸਟਰ ਔਰ ਉਸਕੇ ਬੇਟੇ ਕਾਨੂੰਨ ਸੇ ਬੜੇ ਹੋ ਗਏ, ਹਮਾਰੇ ਸੰਵਿਧਾਨ ਸੇ ਬੜੇ ਹੋ ਗਏ। ਯੇ ਲੜਾਈ ਹਮਾਰੀ ਆਨ ਬਾਨ ਸ਼ਾਨ ਜਗ ਕੀ ਜਾਨ ਕਿਸਾਨ ਚਲੀ ਹੈ। ਯੇ ਬਾਬਾ ਨਾਨਕ ਕੇ ਕਿੱਤੇ ਕੀ ਲੜਾਈ ਹੈ। ਯੇ ਮੇਰੇ ਲੀਡਰ ਪ੍ਰਿਯੰਕਾ ਜੀ ਔਰ ਰਾਹੁਲ ਗਾਂਧੀ ਕੀ ਲੜਾਈ ਹੈ। ਇਸਮੇ ਅਗਰ ਦੇਹੀ ਵੀ ਦਾਵ ਪੇ ਲਗਾਨੀ ਪੜੀ ਤੋ ਲਗਾਊਂਗਾ। ਮੈਂ ਪ੍ਰਣ ਕਰਤਾ ਹੂੰ ਕਿ ਜਬ ਤੱਕ ਵੋ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰੇਂਗੇ ਯਾ ਅਰੈਸਟ ਨਹੀਂ ਹੋਗੀ ਤਬ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਯਹਾਂ ਕਰੀਬ ਕਰੀਬ ਮੈਂ ਗਿਣਤੀ ਵੀ ਭੁੱਲ ਚੁੱਕਾ ਹੂੰ, ਕਿਤਨੀ ਗਾੜੀਆਂ ਹੋਗੀ ਮੁਝੇ ਨਹੀਂ ਪਤਾ, ਲੇਕਿਨ ਹਮ ਸਭ ਜੋ ਵਚਨ ਪੇ ਪਾਬੰਦ ਨਾ ਹੋ ਉਹ ਇਨਸਾਨ ਨਹੀਂ ਹੋਤਾ। ਮੈਨੇ ਕਭੀ ਕਸਮੇ ਨਹੀਂ ਖਾਈ, ਵਾਅਦੇ ਨਹੀਂ ਕੀਏ। ਇੱਕ ਵਚਨ ਦਿਆ ਥਾ ਕਿ ਕਿਸਾਨ ਭਾਈਓਂ ਕੋ ਮੈਂ ਆਪਣੀ ਪਗੜੀ ਮਾਨਤਾ ਹੂੰ। ਪਹਿਲੇ ਦਿਨ ਸੇ ਪਾਰਟੀਓਂ ਸੇ ਉੱਪਰ ਉੱਠ ਕੇ ਇਹ ਲੜਾਈ ਲੜੀ ਹੈ। A South Asian Canadian channel.